ਵਾਈਜ਼ ਵੈਲਕਮ ਟੂ ਯੂਰ ਯੂਟਿਊਬ ਚੈਨਲ ਇੰਗਲਿਸ਼ ਫੈਮਿਲੀ 87। ਸੋ ਜੇਕਰ ਤੁਸੀਂ ਇਸ ਚੈਨਲ ਉੱਪਰ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਾਨ ਦਾ ਬਟਨ ਦਬਾਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਤੇ ਮਿਲ ਜਾਵੇ। ਸੋ ਦੇਖੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਿਕ ਆਫ ਇੰਗਲਿਸ਼ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਣੇ ਕੋਲ ਇੱਕ ਵਰਡ ਹੈ ਇੰਗਲਿਸ਼ ਦਾ ਟੀ ਐਚ ਈ, ਇਸ ਦੀ ਐਗਜ਼ੈਕਟ ਪ੍ਰੋਨੰਸੀਏਸ਼ਨ ਹੈ ਜਿਹੜੀ ਉਹ ਕੀ ਹੈ। ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇਸ ਨੂੰ ਬੋਲਦੇ ਨੇ ਦ, ਅਤੇ ਬਹੁਤੇ ਬੋਲਦੇ ਨੇ ਦੀ, ਦੱਦੇ ਨੂੰ ਬਿਹਾਰੀ ਲਗਾ ਕੇ, ਅਤੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਇਸ ਨੂੰ ਬੋਲਦੇ ਨੇ ਦੱਦੇ ਨੂੰ ਕੰਨਾਂ ਲਗਾ ਕੇ ਦ। ਸੋ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਐਗਜ਼ੈਕਟ ਹੈ, ਕਿਹੜਾ ਸਹੀ ਹੈ? ਸੋ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਦ ਐਂਡ ਦੀ ਇਹ ਦੋਨੋਂ ਹੀ ਸਹੀ ਨੇ। ਜਿਹੜਾ ਦੱਦੇ ਨੂੰ ਕੰਨਾਂ ਲਗਾ ਕੇ ਜੋ ਬੋਲਦੇ ਨੇ ਉਹ ਗਲਤ ਹੈ। ਆਪਾਂ ਸਿਰਫ ਇਸ ਨੂੰ ਬੋਲਣਾ ਹੈ ਦ ਜਾਂ ਫਿਰ ਬੋਲਣਾ ਹੈ ਦੀ। ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਆਪਾਂ ਹਰ ਇੱਕ ਜਗ੍ਹਾ ਤੇ ਇਸ ਨੂੰ ਦ ਜਾਂ ਦੀ, ਮਤਲਬ ਇਹ ਨਹੀਂ ਹੈ ਵੀ ਜਿੱਥੇ ਆਪਾਂ ਚਾਹੀਏ ਦ ਬੋਲਤਾ ਅਤੇ ਜਿੱਥੇ ਆਪਾਂ ਚਾਹੀਏ ਦੀ ਬੋਲਤਾ, ਇਸ ਤਰ੍ਹਾਂ ਨਹੀਂ ਹੁੰਦਾ। ਬੋਲਣਾ ਕਿਸ ਤਰ੍ਹਾਂ ਹੈ, ਜਿਹੜੇ ਵਰਡ ਦੇ ਅੱਗੇ ਟੀ ਐਚ ਈ ਲੱਗਿਆ ਹੋਇਆ, ਜੇਕਰ ਉਹ ਜਿਹੜਾ ਵਰਡ ਹੈ ਉਹ ਸ਼ੁਰੂ ਹੁੰਦਾ ਆਪਣਾ ਵਾਵਲ ਸਾਊਂਡ ਤੋਂ, ਫਿਰ ਤਾਂ ਆਪਾਂ ਬੋਲਣਾ ਹੈ ਦੀ। ਜੇਕਰ ਉਹ ਸ਼ੁਰੂ ਹੁੰਦਾ ਹੈ ਕੌਨਸੋਨੈਂਟ ਸਾਊਂਡ ਤੋਂ, ਫਿਰ ਆਪਾਂ ਬੋਲਣਾ ਹੈ ਦ। ਹੁਣ ਵਾਵਲ ਸਾਊਂਡ ਤੇ ਕੌਨਸੋਨੈਂਟ ਸਾਊਂਡ ਦੇ ਵਿੱਚ ਪਜ਼ਲ ਹੋਣ ਦੀ ਜ਼ਰੂਰਤ ਨਹੀਂ। ਇੱਕ ਬਿਲਕੁਲ ਦੇਖੋ ਆਸਾਨ ਜਿਹਾ ਜਿਹੜਾ ਤਰੀਕਾ ਤੁਹਾਨੂੰ ਦੱਸ ਦਿੰਦਾ, ਪੰਜਾਬੀ ਦੇ ਵਿੱਚ ਤੁਸੀਂ ਸਿਰਫ ਊੜਾ ਐੜਾ ਈੜੀ, ਇਹ ਜਿਹੜੇ ਤਿੰਨ ਅੱਖਰ ਨੇ ਪੰਜਾਬੀ ਦੇ ਊੜਾ ਅੜਾ ਈੜੀ, ਸਿਰਫ ਤੁਸੀਂ ਤਿੰਨੇ ਯਾਦ ਰੱਖਣੇ ਨੇ। ਜੇਕਰ ਕੋਈ ਇੰਗਲਿਸ਼ ਦਾ ਵਰਡ ਊੜਾ ਅੜਾ ਈੜੀ ਤੋਂ ਸ਼ੁਰੂ ਹੁੰਦਾ ਹੈ ਅਤੇ ਉਸਦੇ ਅੱਗੇ ਲੱਗਿਆ ਹੋਇਆ ਟੀ ਐਚ ਈ, ਤਾਂ ਉਸ ਨੂੰ ਤੁਸੀਂ ਬੋਲਣਾ ਹੈ ਦੀ, ਦੱਦੇ ਨੂੰ ਬਿਹਾਰੀ ਲਗਾ ਕੇ। ਜੇਕਰ ਇਹਨਾਂ ਅੱਖਰਾਂ ਤੋਂ ਇਲਾਵਾ ਹੋਰ ਕਿਸੇ ਵੀ ਅੱਖਰ ਤੋਂ ਸਟਾਰਟ ਹੁੰਦਾ ਕੋਈ ਵੀ ਵਰਡ ਇੰਗਲਿਸ਼ ਦਾ ਅਤੇ ਉਸਦੇ ਅੱਗੇ ਲੱਗਿਆ ਹੋਇਆ ਟੀ ਐਚ ਈ, ਤਾਂ ਉਸ ਨੂੰ ਬੋਲਣਾ ਹੈ ਦ। ਦੇਖੋ ਐਗਜ਼ਾਮਪਲ ਦੇ ਨਾਲ ਬੈਟਰ ਸਮਝੋਗੇ। ਦੇਖੋ ਆਪਣੇ ਲਵੇ ਕੁਝ ਕੁ ਵਰਡਸ ਨੇ, ਠੀਕ ਹੈ, ਇਹਨਾਂ ਦੇ ਅੱਗੇ ਲੱਗਿਆ ਹੋਇਆ ਟੀ ਐਚ ਈ, ਟੀ ਐਚ ਈ ਸਾਰਿਆਂ ਦੇ ਅੱਗੇ। ਦੇਖੋ ਸਭ ਤੋਂ ਪਹਿਲਾਂ ਦੇਖੋ ਐਪਲ, ਐਪਲ ਦੇ ਲੱਗਿਆ ਹੋਇਆ ਟੀ ਐਚ ਈ। ਹੁਣ ਆਪਾਂ ਇਸ ਨੂੰ ਦ ਬੋਲਾਂਗੇ ਜਾਂ ਫਿਰ ਦੀ ਬੋਲਾਂਗੇ, ਦ ਐਪਲ ਜਾਂ ਦੀ ਐਪਲ। ਦੇਖੋ ਐਪਲ ਇਸ ਨੂੰ ਪੰਜਾਬੀ 'ਚ ਲਿਖੋ ਤਾਂ ਕਿੱਥੋਂ ਸਟਾਰਟ ਹੋਊ? ਜਦੋਂ ਪੰਜਾਬੀ 'ਚ ਲਿਖਣਾ ਸ਼ੁਰੂ ਕਰਾਂਗੇ ਆੜੇ ਤੋਂ, ਐਪਲ ਆੜਾ, ਦੇਖੋ ਊੜਾ ਆੜਾ ਈੜੀ, ਜੇਕਰ ਊੜਾ ਆੜਾ ਈੜੀ ਤੋਂ ਸਟਾਰਟ ਹੁੰਦਾ ਹੈ ਤੁਸੀਂ ਬੋਲਣਾ ਹੈ ਦੱਦੇ ਨੂੰ ਬਿਹਾਰੀ ਲਗਾ ਕੇ ਦੀ, ਤਾਂ ਇਸ ਨੂੰ ਬੋਲਾਂਗੇ ਦੀ ਐਪਲ। ਅਗਲਾ ਦੇਖੋ ਮੈਂਗੋ, ਮੈਂਗੋ ਦੇਖੋ ਪੰਜਾਬੀ 'ਚ ਜਦੋਂ ਲਿਖੋਗੇ ਮੰਮਾ ਮੈਂਗੋ, ਊੜਾ ਆੜਾ ਈੜੀ ਤੋਂ ਨਹੀਂ ਹੈਗਾ, ਮੰਮੀ ਤੋਂ ਸਟਾਰਟ ਹੈ, ਤਾਂ ਇਸ ਨੂੰ ਬੋਲਾਂਗੇ ਆਪਾਂ ਦ, ਤਾਂ ਇੱਥੇ ਬੋਲਿਆ ਜਾਊ ਦ ਮੈਂਗੋ, ਦੀ ਮੈਂਗੋ ਨਹੀਂ ਦ ਮੈਂਗੋ। ਅੱਗੇ ਦੇਖੋ ਯੂਨੀਵਰਸਿਟੀ, ਯੂਨੀਵਰਸਿਟੀ ਨੂੰ ਪੰਜਾਬੀ 'ਚ ਲਿਖਾਂਗੇ ਆਪਾਂ ਯਈਏ ਤੋਂ ਸਟਾਰਟ ਹੁੰਦੀ ਹੈ, ਤਾਂ ਇਟ ਮੀਨਸ ਇਹਨੂੰ ਵੀ ਆਪਾਂ ਬੋਲਾਂਗੇ ਦ ਯੂਨੀਵਰਸਿਟੀ। ਅੱਗੇ ਦੇਖੋ ਇੰਪੋਰਟੈਂਟ, ਈਡੀ ਤੋਂ ਸਟਾਰਟ ਹੋ ਰਿਹਾ, ਇਸ ਦੇ ਅੱਗੇ ਲੱਗਿਆ ਟੀ ਐਚ ਈ, ਤਾਂ ਇਸ ਨੂੰ ਬੋਲਾਂਗੇ ਈਡੀ ਤੋਂ ਸਟਾਰਟ ਹੋ ਰਿਹਾ ਊੜਾ ਆੜਾ ਈਡੀ, ਇਸ ਨੂੰ ਬੋਲਾਂਗੇ ਦੱਦੇ ਨੂੰ ਬਿਹਾਰੀ ਲਗਾ ਕੇ ਦੀ ਇੰਪੋਰਟੈਂਟ, ਅੱਗੇ ਕੁਛ ਵੀ ਹੋ ਸਕਦਾ। ਅੱਗੇ ਦੇਖੋ ਐਮ ਐਲ ਏ, ਸ਼ਾਰਟ ਫਾਰਮ ਦੇ ਵਿੱਚ ਲਿਖਿਆ ਹੋਇਆ ਐਮ ਐਲ ਏ, ਬਟ ਇਸ ਨੂੰ ਵੀ ਜਦੋਂ ਆਪਾਂ ਬਿਲਕੁਲ ਸ਼ੁਰੂ ਤੋਂ ਸਟਾਰਟ ਕਰਾਂਗੇ ਕਿੱਥੋਂ ਸਟਾਰਟ ਹੁੰਦਾ ਐਮ ਐਲ ਏ ਲਿਖਣਾ ਸਟਾਰਟ ਕਰਾਂਗੇ ਆੜੇ ਤੋਂ, ਤਾਂ ਇਹਦੇ ਲੱਗੇ ਜਿਹੜਾ ਟੀ ਐਚ ਈ ਹੈ ਇਸ ਨੂੰ ਆਪਾਂ ਬੋਲਾਂਗੇ ਦੀ, ਦੀ ਐਮ ਐਲ ਏ। ਅੱਗੇ ਦੇਖੋ ਡੀ ਜੀ ਪੀ, ਡੀ ਜੀ ਪੀ ਜਦੋਂ ਲਿਖਣਾ ਸਟਾਰਟ ਕਰਾਂਗੇ ਡੱਡੇ ਤੋਂ ਸਟਾਰਟ ਹੋਊ ਨਾ, ਤਾਂ ਇਸ ਨੂੰ ਆਪਾਂ ਬੋਲਾਂਗੇ ਦ ਡੀ ਜੀ ਪੀ। ਇਸ ਤਰ੍ਹਾਂ ਕੋਈ ਵੀ ਇੰਗਲਿਸ਼ ਦਾ ਵਰਡ ਹੈ ਜੇਕਰ ਉਹ ਊੜਾ ਆੜਾ ਈੜੀ ਤੋਂ ਸਟਾਰਟ ਹੋ ਰਿਹਾ ਤਾਂ ਉਸਨੂੰ ਬੋਲੋ ਦੱਦੇ ਨੂੰ ਬਿਹਾਰੀ ਲਗਾ ਕੇ ਦੀ, ਜੇਕਰ ਬਾਕੀ ਕਿਸੇ ਵੀ ਅੱਖਰ ਤੋਂ ਸਟਾਰਟ ਹੋ ਰਿਹਾ ਤਾਂ ਬੋਲੋ ਦ। ਸੋ ਜਿਹੜਾ ਦੱਦੇ ਨੂੰ ਕੰਨਾਂ ਲਗਾ ਕੇ ਇਹ ਗਲਤ ਹੈ, ਸਿਰਫ ਦ ਅਤੇ ਦੀ। ਇਸ ਤਰ੍ਹਾਂ ਜੋ ਵੀ ਹੈ ਊੜੇ ਤੋਂ ਵੀ ਸਟਾਰਟ ਹੋ ਸਕਦਾ, ਈੜੀ ਤੋਂ ਵੀ, ਆੜੇ ਤੋਂ ਵੀ, ਤਾਂ ਉਸਨੂੰ ਦੱਦੇ ਨੂੰ ਬਿਹਾਰੀ ਲਗਾ ਕੇ ਬੋਲਣਾ। ਸੋ ਆਈ ਹੋਪ ਕਿ ਤੁਹਾਨੂੰ ਜਿਹੜਾ ਟੀ ਐਚ ਈ ਦ ਬੋਲਣਾ ਜਾਂ ਦੀ ਬੋਲਣਾ ਇਹ ਸਮਝ ਆ ਗਿਆ ਹੋਵੇਗਾ। ਜੇਕਰ ਤੁਹਾਨੂੰ ਇਹ ਸਮਝ ਆਇਆ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ।